ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਦਰਮਿਆਨ ਜਿੱਥੇ ਆਪੋ ਤਾਪੀ ਦਾ ਦੌਰ ਹੈ, ਹਰ ਕੋਈ ਆਪਣੇ ਆਪ ਤੱਕ ਮਹਿਦੂਦ ਹੈ, ਉੱਥੇ ਹੀ ਗੁਰੂ ਦਾ ਖਾਲਸਾ ਦੁਨੀਆ ਦੇ ਕੋਨੇ ਕੋਨੇ ਵਿੱਚ ਦਿਨ ਰਾਤ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਹੈ। ਗੁਰੂ ਕੇ ਲੰਗਰ ਚੱਲ ਰਹੇ ਹਨ, ਲੋੜਵੰਦਾਂ ਦੀ ਮਦਦ ਹੋ ਰਹੀ ਹੈ, ਭੁੱਖਿਆਂ ਲੋੜਵੰਦਾਂ ਦੇ ਢਿੱਡ ਭਰੇ ਜਾ ਰਹੇ ਨੇ, ਨਿਰਾਸਰਿਆਂ ਨੂੰ ਆਸਰਾ ਦਿੱਤਾ ਜਾ ਰਿਹਾ ਹੈ। ਸਿੱਖ ਕੌਮ ਦੇ ਇਸ ਜਜ਼ਬੇ, ਇਸ ਜਨੂੰਨ ਅਤੇ ਸਮਰਪਿਤ ਭਾਵਨਾ ਦਾ ਹਰ ਕੋਈ ਕਾਇਲ ਹੋ ਰਿਹਾ ਹੈ। ਤਾਂ ਇਹ ਸਵਾਲ ਵੀ ਜ਼ਿਹਨ 'ਚ ਉੱਠਣਾ ਵਾਜਿਬ ਹੈ ਕਿ ਜਦੋਂ ਇਸ ਤਰ੍ਹਾਂ ਦੀ ਮਹਾਮਾਰੀ 'ਚ ਆਪਣੇ ਆਪ ਨੂੰ ਬਚਾਉਣਾ ਹੀ ਹਰ ਕਿਸੇ ਦਾ ਮਕਸਦ ਹੈ, ਤਾਂ ਸਿੱਖ ਕੌਮ ਕਿਸ ਜਜ਼ਬੇ ਅਤੇ ਭਾਵਨਾ ਨਾਲ ਖੁਦ ਦੀ ਜਾਣ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਦੀ ਸੇਵਾ 'ਚ ਲੱਗੀ ਹੈ। ਅਸਲ ਵਿੱਚ ਗੁਰੂ ਦੇ ਸਿੱਖ ਆਪਣੇ ਗੁਰੂਆਂ ਵੱਲੋਂ ਦਰਸਾਏ ਰਾਹ ਅਤੇ ਫਲਸਫੇ ਉੱਪਰ ਹੀ ਪੈਰਾ ਦੇ ਰਹੇ ਨੇ। ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ ਨੂੰ ਹੀ ਪਰਨਾਏ ਹੋਏ ਹਨ। ਕਾਲ ਖਾਏ ਕਿਸ ਹੱਥ ਦੇ, ਨਾਨਕ ਰਾਹ ਪਛਾਣੇ ਸੇ। ਗੁਰਬਾਣੀ ਦੀ ਇਹਨਾਂ ਸਤਰਾਂ ਵਿੱਚ ਇਸ ਜਜ਼ਬੇ ਦੀ, ਇਸ ਜਨੂੰਨ ਦੀ, ਇਸ ਸਮਰਪਿਤ ਭਾਵਨਾ ਦੀ ਪ੍ਰੇਰਣਾ ਲੁਕੀ ਹੋਈ ਹੈ, ਜਿਸ ਨੂੰ ਪਰਨਾਈ ਸਿੱਖ ਕੌਮ ਹਰ ਵੇਲੇ ਮਨੁੱਖਤਾ ਦੀ ਭਲਾਈ ਲਈ ਤਤਪਰ ਹੈ। ਕੋਈ ਵੀ ਕੁਦਰਤੀ ਕਰੋਪੀ ਆਫਤ ਹੋਵੇ, ਗੁਰੂ ਦਾ ਖਾਲਸਾ ਜਾਣ ਹਥੇਲੀ ਤੇ ਰੱਖ ਲੋੜਵੰਦਾਂ ਨੂੰ ਮਦਦ ਪਹੁੰਚਾ ਰਿਹਾ ਹੈ, ਤਾਂ ਇਸ ਪਿੱਛੇ ਅਮੀਰ ਸਿੱਖ ਵਿਰਾਸਤ ਹੈ। ਸਾਡੇ ਗੁਰੂਆਂ ਦੀ ਮਹਾਨ ਸੋਚ ਹੈ ਜੋ ਸਿੱਖ ਕੌਮ ਨੂੰ ਸਮਾਜ ਹਿੱਤ ਪ੍ਰੇਰਣਾ ਦੇ ਰਹੀ ਹੈ, ਰਾਹ ਵਿਖਾ ਰਹੀ ਹੈ। ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਦਾ ਸਿਧਾਂਤ ਸਿੱਖ ਕੌਮ ਨੂੰ ਪ੍ਰੇਰਿਤ ਕਰ ਰਿਹਾ ਹੈ। ਇਸ ਪਿੱਛੇ ਮਹਾਨ ਗੁਰੂਆਂ ਦੀ ਪ੍ਰੇਰਣਾ ਹੈ। ਸਿੱਖ ਤਾਂ ਬਸ ਆਪਣੇ ਗੁਰੂਆਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਨ, ਉਹ ਸੋਚ ਉੱਪਰ ਪੈਰਾ ਦੇ ਰਹੇ ਹਨ ਜੋ ਮਨੁੱਖਤਾ ਦੀ ਸੇਵਾ ਨੂੰ ਹੀ ਸਭ ਤੋਂ ਵੱਡਾ ਧਰਮ ਸਮਝਦੀ ਹੈ। ਜਦੋਂ ਲਾਹੌਰ 'ਚ ਅਕਾਲ ਪਿਆ ਸੀ, ਤਾਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਿੱਖਾਂ ਸਮੇਤ ਉੱਥੇ ਪਹੁੰਚ ਮਦਦ ਕੀਤੀ ਗਈ ਸੀ। ਅਤੇ ਜਦੋਂ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲੀ ਸੀ, ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਇੱਥੇ ਦੁਨੀਆਂ ਦੇ ਦੁੱਖ ਵਡਾਉਂਦਿਆਂ ਖੁਦ ਜੋਤੀ ਜੋਤ ਸਮਾ ਗਏ ਸਨ। ਸੋ ਇਹ ਸਾਡੀ ਵਿਰਾਸਤ ਹੈ, ਇਹ ਸਾਡੇ ਖੂਨ ਵਿੱਚ ਹੈ, ਇਹ ਸਾਡਾ ਇਤਿਹਾਸ ਹੈ, ਤੇ ਅੱਜ ਇਸ ਪਰੰਪਰਾ ਦਾ ਨਿਰਵਾਹ ਉਸੇ ਸ਼ਿੱਦਤ ਤੇ ਜਜ਼ਬੇ ਨਾਲ ਜਾਰੀ ਹੈ। ਅਡੋਲ ਚਿੱਤ ਖਾਲਸਾ ਦੀਨ ਦੁਨੀਆਂ ਦੀ ਮਦਦ ਲਈ ਦਿਨ ਰਾਤ ਕਾਰਜਸ਼ੀਲ ਹੈ, ਗੁਰੂਆਂ ਦੇ ਦਿੱਤੇ ਸੰਗਤ ਅਤੇ ਪੰਗਤ ਦੇ ਸਿਧਾਂਤ ਤੇ ਪੈਰਾ ਦੇ ਰਿਹਾ ਹੈ। ਇਸ ਵੇਲੇ ਜਦੋਂ ਕੁੱਲ ਦੁਨੀਆ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਹੇਠ ਹੈ, ਤਾਂ ਗੁਰੂ ਦਾ ਖਾਲਸਾ ਲੋੜਵੰਦਾਂ ਦੀ ਮਦਦ ਲਈ ਦਿਨ ਰਾਤ ਲੱਗਾ ਹੋਇਆ ਹੈ। ਭਾਰਤ ਸਮੇਤ ਜਿੱਥੇ ਵੀ ਸਿੱਖ ਵਸੇ ਹਨ, ਉੱਥੇ ਉਹ ਮਨੁੱਖਤਾ ਦੀ ਭਲਾਈ ਲਈ ਲੱਗੇ ਹਨ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਦੁਨੀਆ ਦਾ ਕੋਈ ਵੀ ਕੋਨਾ ਹੋਵੇ, ਸਿੱਖ ਕੌਮ ਵੱਲੋਂ ਮਦਦ ਦੀ ਮੁਹਿੰਮ ਜਾਰੀ ਹੈ। ਇਹ ਤਸਵੀਰਾਂ ਹਰ ਥਾਂ ਤੋਂ ਸਾਹਮਣੇ ਆ ਰਹੀਆਂ ਹਨ। ਘਰਾਂ ਵਿੱਚ ਖੁਦ ਨੂੰ ਮਹਿਫੂਜ਼ ਰੱਖਣ ਦੀ ਥਾਂ ਸਿੱਖ ਕੌਮ ਦੀ ਵੱਧ ਤਵੱਜੋ ਰੋਜ਼ਾਨਾ ਲੋੜਵੰਦਾਂ ਦੀ ਮਦਦ ਲਈ ਵੱਧ ਤੋਂ ਵੱਧ ਅੱਗੇ ਆਉਂਦੀ ਹੈ। ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਤਾਂ ਇਹ ਸਿਲਸਿਲਾ ਪਿਛਲੇ 2 ਹਫ਼ਤਿਆਂ ਤੋਂ ਨਿਰੰਤਰ ਚੱਲ ਰਿਹਾ ਹੈ। ਸਿਰਫ ਖਾਣਾ ਹੀ ਨਹੀਂ ਬਲਕਿ ਮੈਡੀਕਲ ਸਹੂਲਤ ਸਮੇਤ ਹਰ ਤਰ੍ਹਾਂ ਦਾ ਸਮਾਨ ਸਿੱਖ ਵਲੰਟੀਅਰ ਲੋੜਵੰਦਾਂ ਦੇ ਘਰੋਂ ਘਰੀ ਪਹੁੰਚਾ ਰਹੇ ਨੇ। ਖਾਸ ਕਰ ਉਮਰ ਦਰਾਜ ਬਜ਼ੁਰਗ ਜੋ ਘਰਾਂ 'ਚ ਆਈਸੋਲੇਟ ਹਨ, ਉਹਨਾਂ ਨੂੰ ਖਾਣੇ ਸਮੇਤ ਲੋੜ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ। ਪਿਛਲੇ ਦਿਨੀ ਜਦੋਂ ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਲੱਗੀ ਸੀ, ਤਾਂ ਇਸੇ ਸ਼ਿੱਦਤ ਨਾਲ ਸਿੱਖ ਵਲੰਟੀਅਰ ਵੱਲੋਂ ਸੇਵਾ ਕੀਤੀ ਗਈ ਸੀ। ਹੁਣ ਕੋਰੋਨਾ ਨੇ ਦਸਤਕ ਦਿੱਤੀ ਹੈ, ਤਾਂ ਮੈਲਬੌਰਨ ਦੇ ਕੁਵਾਰਗੋ ਵਿੱਚ ਸਿੱਖ ਵਲੰਟੀਅਰ ਘਰੋਂ ਘਰੀ ਮਦਦ ਪਹੁੰਚਾ ਰਹੇ ਨੇ। ਪੂਰੇ ਆਸਟ੍ਰੇਲੀਆ ਵਿੱਚ ਜਿੱਥੇ ਜਿੱਥੇ ਇਸ ਮਹਾਮਾਰੀ ਦਾ ਪ੍ਰਕੋਪ ਹੈ, ਉੱਥੇ ਉੱਥੇ ਸਿੱਖ ਵਲੰਟੀਅਰ ਹਰ ਵੇਲੇ ਪੂਰੀ ਤਤਪਰਤਾ ਨਾਲ ਲੱਗੇ ਹੋਏ ਹਨ। ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਜਿੱਥੇ ਕੋਰੋਨਾ ਨੇ ਸਭ ਤੋਂ ਵੱਧ ਕਹਿਰ ਢਾਇਆ ਹੈ, ਉੱਥੇ ਪਿਛਲੇ 2 ਹਫ਼ਤਿਆਂ ਤੋਂ ਭੁੱਖਿਆਂ ਦੇ ਢਿੱਡ ਭਰਨ ਦਾ ਜ਼ਿੰਮਾ ਸਿੱਖ ਕੌਮ ਨੇ ਸਾਂਭਿਆ ਹੋਇਆ ਹੈ। ਰੋਜ਼ਾਨਾ ਕਰੀਬ 30,000 ਲੋਕਾਂ ਦਾ ਖਾਣਾ ਬਣਾ ਕੇ ਘਰੋਂ ਘਰੀ ਪਹੁੰਚਾਇਆ ਜਾ ਰਿਹਾ ਹੈ। ਨਿਊਯਾਰਕ ਦੇ ਮੇਅਰ ਵੱਲੋਂ ਕੀਤੀ ਅਪੀਲ ਤੇ ਸਿੱਖ ਕੌਮ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦਾ ਹਰ ਅਮਰੀਕੀ ਕਾਇਲ ਹੈ। ਗੁਰਦੁਆਰਾ ਸਾਹਿਬ ਵਿੱਚ ਲੰਗਰ ਚੱਲ ਰਹੇ ਹਨ, ਜਿੱਥੇ ਹਰ ਕੋਈ ਲੋੜਵੰਦ ਲੰਗਰ ਛਕ ਸਕਦਾ ਹੈ। ਥਾਂ ਥਾਂ ਸਿੱਖ ਜਥੇਬੰਦੀਆਂ ਵੱਲੋਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ। ਕੈਨੇਡਾ ਦੇ ਸਰੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਦਿਨ ਰਾਤ ਲੰਗਰ ਚੱਲ ਰਿਹਾ ਹੈ। ਕੌਮਾਂਤਰੀ ਵਿਦਿਆਰਥੀਆਂ ਸਮੇਤ ਕੋਈ ਵੀ ਲੋੜਵੰਦ ਇੱਥੇ ਫੋਨ ਕਰਕੇ ਆਪਣੀ ਲੋੜ ਦਾ ਸਮਾਨ ਮੰਗਵਾ ਸਕਦਾ ਹੈ। ਸਰੀ ਗੁਰਦੁਆਰਾ ਕਮੇਟੀ ਵੱਲੋਂ ਲੋੜ ਦਾ ਸਮਾਨ ਅਤੇ ਲੰਗਰ ਘਰੋਂ ਘਰੀ ਪਹੁੰਚਾਇਆ ਜਾਂਦਾ ਹੈ। ਨਾ ਸਿਰਫ ਲੰਗਰ ਬਲਕਿ ਗਰੋਸਰੀ ਸਮੇਤ ਲੋੜ ਦਾ ਸਮਾਨ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਕੈਨੇਡਾ ਵਿਚਲੀਆਂ ਸਿੱਖ ਜਥੇਬੰਦੀਆਂ ਨੇ ਆਪੋ ਆਪਣੇ ਪੱਧਰ ਉੱਪਰ ਉਹਨਾਂ ਲੋਕਾਂ ਲਈ ਜ਼ਿੰਮੇਵਾਰੀ ਸੰਭਾਲੀ ਹੈ ਜੋ ਘਰਾਂ 'ਚੋਂ ਨਿਕਲਣ ਤੋਂ ਅਸਮਰੱਥ ਹਨ। ਖਾਸ ਕਰ ਕੌਮਾਂਤਰੀ ਵਿਦਿਆਰਥੀਆਂ ਸਾਹਮਣੇ ਇਸ ਲਾਕਡਾਊਨ ਦਰਮਿਆਨ ਖੜੇ ਹੋਏ ਖਾਣ ਪੀਣ ਦੇ ਸੰਕਟ ਦਰਮਿਆਨ ਉਹ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ, ਉੱਥੇ ਜਾ ਕੇ ਲੰਗਰ ਛਕ ਰਹੇ ਹਨ, ਆਪਣੀ ਲੋੜ ਦਾ ਸਮਾਨ ਲੈ ਰਹੇ ਹਨ। ਜਦੋਂ ਸਰਕਾਰਾਂ ਦੇ ਵੀ ਹੱਥ ਖੜੇ ਹਨ, ਤਾਂ ਸਿੱਖ ਜਥੇਬੰਦੀਆਂ ਆਮ ਲੋਕਾਂ ਲਈ ਇੱਥੇ ਆਸਰਾ ਬਣ ਕੇ ਬਹੁੜੀਆਂ ਹਨ। ਯੂਕੇ ਵਿੱਚ ਸਿੱਖ ਜਥੇਬੰਦੀਆਂ ਖਾਸ ਕਰ ਉਮਰ ਦਰਾਜ ਲੋਕਾਂ ਲਈ ਮਸੀਹਾ ਬਣ ਕੇ ਆਈਆਂ ਹਨ। ਬਕਾਇਦਾ ਫੋਨ ਨੰਬਰ ਸੋਸ਼ਲ ਮੀਡੀਆ ਤੇ ਜਾਰੀ ਕੀਤੇ ਗਏ ਹਨ, ਜਿੱਥੋਂ ਉਮਰ ਦਰਾਜ ਬਜ਼ੁਰਗ ਫੋਨ ਕਰਕੇ ਆਪਣੀ ਲੋੜ ਦਾ ਸਮਾਨ, ਗਰੋਸਰੀ, ਦਵਾਈਆਂ ਮੰਗਵਾ ਸਕਦੇ ਹਨ। ਇਸ ਦੇ ਇਲਾਵਾ ਆਪੋ ਆਪਣੇ ਪੱਧਰ ਤੇ ਸਿੱਖ ਇੱਥੇ ਬਣਦਾ ਯੋਗਦਾਨ ਪਾ ਰਹੇ ਹਨ। ਕਿਤੇ ਕੋਈ ਮਾਸਕ ਵੰਡ ਰਿਹਾ ਹੈ, ਤਾਂ ਕਿਤੇ ਹੋਰ ਲੋੜ ਦਾ ਸਮਾਨ। ਮਲੇਸ਼ੀਆ ਵਿੱਚ ਗੁਰੂ ਕਾ ਲੰਗਰ ਅਤੁੱਟ ਜਾਰੀ ਹੈ। ਕੁਆਲਾਲੰਪੁਰ 'ਚ ਗੁਰਦੁਆਰਾ ਸਾਹਿਬ 'ਚ ਲੋੜਵੰਦਾਂ ਲਈ ਲੰਗਰ ਤਿਆਰ ਹੋ ਰਿਹਾ ਹੈ, ਤੇ ਇੱਥੋਂ ਤਿਆਰ ਲੰਗਰ ਨੂੰ ਸਿੱਖ ਵਲੰਟੀਅਰ ਘਰੋਂ ਘਰੀ ਪਹੁੰਚਾ ਰਹੇ ਨੇ। ਲੋੜਵੰਦਾਂ ਨੂੰ ਹਰ ਤਰ੍ਹਾਂ ਦੀ ਮਦਦ ਇੱਥੇ ਵਸਦੀ ਸਿੱਖ ਕੌਮ ਵੱਲੋਂ ਕੀਤੀ ਜਾ ਰਹੀ ਹੈ। ਵਿਦੇਸ਼ਾਂ ਸਮੇਤ ਭਾਰਤ ਵਿੱਚ ਥਾਂ ਥਾਂ ਸਿੱਖ ਭਾਈਚਾਰਾ ਦਿਨ ਰਾਤ ਮਨੁੱਖਤਾ ਦੀ ਸੇਵਾ 'ਚ ਤਤਪਰ ਹੈ। ਨੁਮਾਇੰਦਾ ਸਿੱਖ ਸੰਸਥਾਵਾਂ SGPC ਸਮੇਤ DSGMC ਵੱਲੋਂ ਲੰਗਰ ਲਗਾਏ ਜਾ ਰਹੇ ਹਨ। ਪੰਜਾਬ ਵਿੱਚ SGPC ਲੱਖਾਂ ਭੁੱਖਿਆਂ ਦਾ ਢਿੱਡ ਭਰ ਰਹੀ ਹੈ।
ਤਾਂ ਵੱਖ-ਵੱਖ ਸਿੱਖ ਜਥੇਬੰਦੀਆਂ ਵੀ ਆਪੋ ਆਪਣੇ ਪੱਧਰ ਉੱਪਰ ਲੰਗਰ ਲਗਾ ਰਹੀਆਂ ਹਨ, ਲੋੜਵੰਦਾਂ ਤੱਕ ਸਮਾਨ ਪਹੁੰਚਾ ਰਹੀਆਂ ਹਨ। ਇਹ ਤਸਵੀਰਾਂ ਇਕੱਲੇ ਪੰਜਾਬ ਜਾਂ ਦਿੱਲੀ ਤੋਂ ਨਹੀਂ ਬਲਕਿ ਝਾਰਖੰਡ, ਤੇਲੰਗਾਨਾ, ਗੋਆ, ਮੁੰਬਈ, ਮੰਗਲੌਰ, ਉੱਤਰ ਪ੍ਰਦੇਸ਼ ਜਿੱਥੇ ਵੀ ਸਿੱਖ ਵਸੇ ਹਨ ਉੱਥੋਂ ਆਈਆਂ ਹਨ। ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਹ ਰੋਜ਼ ਲੰਗਰ ਸਮੇਤ ਸੜਕਾਂ ਤੇ ਆ ਰਹੇ ਹਨ ਤਾਂ ਜੋ ਨਹੀਂ ਪਹੁੰਚ ਰਹੇ ਉਹਨਾਂ ਨੂੰ ਘਰੋ ਘਰੀ ਪੈਕਟ ਬੰਦ ਖਾਣਾ ਪਹੁੰਚਾਇਆ ਜਾ ਰਿਹਾ ਹੈ। ਮਕਸਦ ਬਸ ਇਹੀ ਹੈ ਕਿ ਕੋਈ ਇਨਸਾਨ ਭੁੱਖਾ ਨਾ ਸੋਵੇ, ਲੋੜਵੰਦ ਅਤੇ ਆਸਰਾ ਤੱਕ ਦੇ ਹਰ ਇਨਸਾਨ ਨੂੰ ਮਦਦ ਪਹੁੰਚਾਈ ਜਾਵੇ। ਇਹ ਮਹਾਨ ਸਿੱਖ ਫਲਸਫਾ ਹੈ। ਇਹ ਆਪਣੇ ਗੁਰੂਆਂ ਦੇ ਸਿਧਾਂਤ ਨੂੰ ਪ੍ਰਣਾਈ ਸਿੱਖ ਕੌਮ ਹੈ ਜੋ ਮਨੁੱਖਤਾ ਦੀ ਭਲਾਈ ਲਈ ਹਰ ਵਕਤ ਸਭ ਤੋਂ ਅੱਗੇ ਖੜੀ ਹੈ, ਕਿਉਂਕਿ ਇਸ ਪਿੱਛੇ ਜੋ ਸਿਧਾਂਤ ਕੰਮ ਕਰਦਾ ਹੈ ਉਹ ਇਹਨਾਂ ਨੂੰ ਇਹ ਸ਼ਕਤੀ ਅਤੇ ਪ੍ਰੇਰਣਾ ਬਖਸ਼ਦਾ ਹੈ ਜਿਸ ਨੂੰ ਪ੍ਰਣਾਏ ਗੁਰੂ ਦੇ ਸਿੱਖ ਦੁਨੀਆਂ ਦੇ ਪਈ ਕਿਸੇ ਵੀ ਭੀੜ ਮੌਕੇ ਸਭ ਤੋਂ ਮੂਹਰੇ ਆਣ ਖੜਦੇ ਹਨ। ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਜਥੇਬੰਦੀ ਕਹਾਉਂਦੀ RSS ਤੇ ਹਿੰਦੂ ਤਵੀ ਜਮਾਤਾਂ, ਵਿਸ਼ਵ ਹਿੰਦੂ ਪਰਿਸ਼ਦ ਸਮੇਤ ਹੋਰ ਖੱਬੀਆਂ ਸੱਜੀਆਂ ਜਥੇਬੰਦੀਆਂ ਲੱਭਿਆਂ ਵੀ ਨਹੀਂ ਲੱਭ ਰਹੀਆਂ, ਉਸ ਵੇਲੇ ਲੋਕਾਂ ਦੀ ਬਾਂਹ ਸਿੱਖ ਕੌਮ ਨੇ ਫੜੀ ਹੈ। ਹਰ ਦੀਨ ਦੁਖੀ ਦੀ ਮਦਦ ਅਤੇ ਲੋੜਵੰਦਾਂ ਤੱਕ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਰਹੀ ਹੈ। ਇਹ ਜਜ਼ਬਾ ਬਾ ਕਮਾਲ ਹੈ, ਇਹ ਭਾਵਨਾ ਕਾਬਲੇ ਤਾਰੀਫ ਹੈ। ਇਹ ਗੁਰੂ ਦੇ ਸਿੱਖ ਪ੍ਰਸ਼ੰਸਾ ਦੇ ਹੱਕਦਾਰ ਹਨ। ਇਹਨਾਂ ਦੇ ਸਿਦਕ ਨੂੰ ਸਲਾਮ ਹੈ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।